ਰੈਡੀ ਸਰਦੀਆਂ ਲੰਘਦੇ ਹੀ ਬਸੰਤਰੁੱਤ ਤੋਂ ਬਾਅਦ ਪੱਗਣ ਦਾ ਮਹੀਨਾ ਫਰਪਰੀ ਤੋਂ ਮਾਰਚ ਰੁੱਖਾਂ ਫੁੱਲਾਂ ਵਾਸਤੇ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਹੈ ਡੰਡੀ ਜਿਸ ਦੌਰਾਨ ਹਰ ਇੱਕ ਰੁੱਖ ਬੂਟਾ ਫੁੱਲ ਬੇਲਾਂ ਕਲੀਆਂ ਆਦ ਦੇ ਪੁੰਗਰਨ ਦਾ ਸਮਾਂ ਹੁੰਦਾ ਹੈ ਡੰਡੀ ਇਸ ਰੁੱਤੇ ਪੱਤੇ ਝੜਦੇ ਦੌਰਾਨ ਰੁੱਖੀਆਂ ਅਤੇ ਸੁੱਕੀਆਂ ਟਾਹਣੀਆਂ ਨੂੰ ਕੋਮਲ ਪੱਤੇ ਉਸ ਨੂੰ ਸ਼ਿੰਗਾਰਨ ਦਾ ਕੰਮ ਕਰਦੇ ਹਨ ਡੰਡੀ ਇਹ ਦਿਨ ਬਹੁਤ ਸੁਹਾਵਨੇ ਹੁੰਦੇ ਹਨ ਇਨਸਾਨੀ ਸਰੀਰ ਨੂੰ ਵੀ ਇਹ ਦਿਨ ਕਾਫੀ ਲੁਭਾਉਨੇ ਲੱਗਦੇ ਹਨ ਡੰਡੀ ਕਿਉਂਕਿ ਇਸ ਮੌਸਮ ਵਿੱਚ ਨਾ ਤਾਂ ਜਿਆਦਾ ਠੰਡ ਹੁੰਦੀ ਹੈ ਅਤੇ ਨਾ ਹੀ ਜਿਆਦਾ ਗਰਮੀ ਦਾ ਅਹਿਸਾਸ ਹੁੰਦਾ ਹੈ ਡੰਡੀ ਨਵੇਂ ਖਿੜੇ ਫੁੱਲਾਂ ਅਤੇ ਪੱਤੀਆਂ ਨੂੰ ਵੇਖ ਕੇ ਕਈ ਤਰ੍ਹਾਂ ਦੇ ਜੀਵ ਵੀ ਇਹਨਾਂ ਦਾ ਆਨੰਦ ਮਾਣਦੇ ਹਨ ਡੰਡੀ ਇਹਨਾਂ ਵਿਚਲਾ ਰਸ ਉਹਨਾਂ ਦੀ ਖੁਰਾਕ ਦਾ ਕੰਮ ਕਰਦਾ ਹੈ ਕੁਦਰਤ ਦੇ ਆਪਣੇ ਭੇਦ ਹਨ ਜਿਸ ਨੂੰ ਸਮਝਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ ਡੰਡੀ ਇਸ ਨੂੰ ਉਹੀ ਸਮਝ ਸਕਦਾ ਹੈ ਜੋ ਕੁਦਰਤ ਨੂੰ ਪਿਆਰ ਕਰਦਾ ਹੈ ਉਸ ਦੀ ਕਦਰ ਕਰਦਾ ਹੈ ਡੰਡੀ ਇੰਨੀ ਦਿਨੀ ਰੁੱਖਾਂ ਦੇ ਪੁੰਗਰਨ ਦੀ ਬਹਾਰ ਹੈ ਇਸ ਸਮੇਂ ਵਿੱਚ ਬੱਕ ਬੱਕ ਤਣਾ ਦੇ ਬੁੱਟੇ ਲਗਾਏ ਜਾ ਸਕਦੇ ਹਨ ਡੰਡੀ ਹਰ ਇੱਕ ਵਿਅਕਤੀ ਨੂੰ ਆਪਣਾ ਫਰਜ਼ ਸਮਝਦੇ ਹੋਏ ਘਟੋ ਘਟ ਇੱਕ ਰੁੱਖ ਤਾਂ ਜ਼ਰੂਰ ਲਗਾਉਣਾ ਚਾਹੀਦਾ ਹੈ ਜੋ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਡੀ ਅਤੇ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ ਡੰਡੀ ਰੁੱਖਾਂ ਤੋਂ ਬਿਨਾ ਧਰਤੀ ਉੱਤੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਡੰਡੀ ਰੈਡੀ ਇਹ ਕੁਦਰਤ ਦੇ ਨਿਜਮਾ ਦੇ ਅਨੁਸਾਰ ਹੈ ਰੁੱਖਾਂ ਨਾਲ ਇਨਸਾਨ ਨੂੰ ਜਉਣ ਵਾਸਤੇ ਸਾਹ ਮਿਲਦੇ ਹਨ ਰੁੱਖਾਂ ਨਾਲ ਧਰਤੀ ਦਾ ਤਾਪਮਾਨ স্থির ਰਹਿੰਦਾ ਹੈ ਰੁੱਖਾਂ ਨਾਲ ਹੀ ਬੱਦਲ ਬਣਦੇ ਹਨ ਜੋ ਬਾਅਦ ਵਿੱਚ ਧਰਤੀ ਨੂੰ ਪਾਣੀ ਦਿੰਦੇ ਹਨ ਉਹੀ ਪਾਣੀ ਇਨਸਾਨਾਂ ਅਤੇ ਜੀਵ ਜੰਤੂਆਂ ਦੇ ਜੀਵਨ ਦਾ ਆਧਾਰ ਹੈ ਡੰਡੀ ਇਸ ਗੱਲ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ ਸੀ ਸਭ ਕੁਝ ਜਾਣਦੇ ਹੋਏ ਵੀ ਮਨੁੱਖ ਨੇ ਇਸ ਨੂੰ ਅੱਖੋਂ ਪਰੋਖੇ ਕੀਤਾ ਹੈ ਜਿਸ ਦੇ ਤੀਜੇ ਸਾਨੂੰ ਸਾਲ ਦਰ ਸਾਲ ਵਾਖੂਬੀ ਮਿਲ ਰਹੇ ਹਨ ਡੰਡੀ ਜੇਕਰ ਇਸੇ ਸਾਲ 2023 ਦੀ ਗੱਲ ਕਰੀਏ ਤਾਂ ਇਸ ਵਾਰ ਫਰਵਰੀ ਮਹੀਨੇ ਵਿੱਚ ਹੀ ਗਰਮੀ ਨੇ ਆਪਣੇ ਥੋੜੇ ਜਿਹੇ ਨਮੂਨੇ ਪੇਸ਼ ਕੀਤੇ ਹਨ ਡੰਡੀ ਮਾਹਿਰਾਂ ਦੇ ਅਨੁਸਾਰ ਇਸ ਸਾਲ ਫਰਵਰੀ ਮਹੀਨੇ ਦੇ ਮੌਸਮ ਨੇ ਪਿਛਲੇ 122 ਸਾਲਾਂ ਦਾ ਰਿਕਾਰਡ ਤੋੜਿਆ ਹੈ ਡੰਡੀ ਜੋ ਮੌਸਮ ਇਸ ਵਾਰ ਫਰਵਰੀ ਵਿੱਚ ਵੇਖਣ ਨੂੰ ਮਿਲਿਆ ਹੈ ਉਸ ਤਰ੍ਹਾਂ ਦਾ ਮੌਸਮ ਮਾਰਚ ਦੇ ਅਖੀਰੀ ਦਿਨਾਂ ਵਿੱਚ ਹੁੰਦਾ ਸੀ ਡੰਡੀ ਇਸ ਤੋਂ ਅਸੀਂ ਸਹਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਗਲੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਮિજાਜ ਕੀ ਰਹਣ ਵਾਲਾ ਹੈ ਡੰਡੀ ਇਸ ਦੇ ਨਾਲ ਜੇਕਰ ਰੁੱਖਾਂ ਦੀ ਘਾਟ ਰਹੀ ਤਾਂ ਜ਼ਾਹਿਰ ਹੈ ਕਿ ਮੀਂਹ ਵੀ ਕੱਟ ਪੈਣਗੇ ਜੇਕਰ ਮੀਂਹ ਕੱਟ ਪੈਣਗੇ ਤਾਂ ਗਰਮੀ ਅਸਲ ਵਿੱਚ ਕੀ ਹੁੰਦੀ ਹੈ ਉਹ ਸਾਨੂੰ ਦੱਸ ਕੇ ਜਰੂਰ ਜਾਵੇਗੀ ਡੰਡੀ ਵੈਸੇ ਤਾਂ ਹਰ ਰੁਖ ਦੀ ਆਪਣੀ ਮਹੱਤਤਾ ਅਤੇ ਗੁਣ ਹਨ ਪਰ ਜੇ ਕੋਸ਼ਿਸ਼ ਕਰਕੇ ਧਰਤੀ ਨੂੰ ਵੱਧ ਤੋਂ ਵੱਧ ਬੋਹੜ ਪਿੱਪਲ ਅਤੇ ਨਿੰਮ ਦਿੱਤੇ